ਰੰਗ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹਾਂ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬ ਦੇ ਉੱਘੇ ਗੀਤਕਾਰ ਕਿੰਗ ਗਰੇਵਾਲ ਹੁਣਾਂ ਦੇ ਨਾਲ। ਕਿੰਗ ਗਰੇਵਾਲ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਬਾਈ ਹੋਰਾਂ ਦੇ ਗੀਤ ਬੜੇ ਚਰਚਿਤ ਰਹੇ ਨੇ ਅਤੇ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਉਹਨਾਂ ਦੀ ਕਲਮ ਨੂੰ ਗਾਇਆ। ਜਿਸ ਤਰ੍ਹਾਂ ਗੱਲ ਕਰੀਏ ਕਲੇਰਕੰਠ ਭਾਅ ਜੀ ਔਰ ਸੁਰਜੀਤ ਖਾਨ ਭਾਅ ਜੀ ਹੋਣੀ, ਫਿਰੋਜ਼ ਖਾਨ ਹੋਰਾਂ ਨੇ ਇਹਨਾਂ ਦੀ ਕਲਮ ਨੂੰ ਆਵਾਜ਼ ਦਿੱਤੀ ਹੈ। ਕਿੰਗ ਗਰੇਵਾਲ ਦੀ ਜਿਹੜੀ ਕਲਮ ਹੈ ਉਹ ਦਿਨ ਬ ਦਿਨ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਆ ਰਹੀ ਹੈ। ਅੱਜ ਅਸੀਂ ਬਾਈ ਜੁਰਾਂ ਦੇ ਨਾਲ ਕਰਾਂਗੇ ਢੇਰ ਸਾਰੀਆਂ ਗੱਲਾਂ ਬਾਤਾਂ ਅਤੇ ਆਓ ਤੁਹਾਨੂੰ ਵੀ ਮਿਲਾਈਏ ਉਹਨਾਂ ਦੇ ਨਾਲ। ਬਿੱਟੂ ਵੀਰੇ, ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਕਿੰਗ ਗਰੇਵਾਲ ਅਤੇ news.com ਦੀ ਸਾਰੀ ਟੀਮ ਨੂੰ ਮੈਂ ਜੀਆਂ ਕਹਿਣਾ ਹੈ ਨਾ। ਤੁਸੀਂ ਮੇਰੇ ਲਈ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਛਾ ਭਾਅ ਜੀ, ਜਿਸ ਤਰ੍ਹਾਂ ਤੁਹਾਡਾ ਕਿੰਗ ਗਰੇਵਾਲ ਜਿਹੜਾ ਨਾਂ ਬੜਾ ਪਿਆਰਾ, ਜਿਸ ਤਰ੍ਹਾਂ ਤੁਸੀਂ ਇਹ ਨਾਂ ਤੁਹਾਡੇ ਨਾਲ ਜੁੜਿਆ, ਇਹ ਪ੍ਰੋਪਰ ਦੱਸਿਓ ਵੀ ਕਿਸ ਤਰ੍ਹਾਂ ਕਿਵੇਂ ਤੁਸੀਂ ਕਿੰਗ ਗਰੇਵਾਲ ਬਣੇ ਅਤੇ ਤੁਹਾਡੀ ਸਥਾਪਤੀ ਜਿਹੜੀ ਕਿਵੇਂ ਹੋਈ? ਉਹ ਕਿੱਦਾਂ? ਜੀ ਬਿੱਟੂ ਜੀ, ਮੇਰੇ ਪਿੰਡ ਦੇ ਇੱਕ ਫੈਮਿਲੀ ਕੈਨੇਡਾ ਗਈ ਹੋਈ ਆ। ਉਹਨਾਂ ਦਾ ਇੱਕ ਬੇਟਾ ਸੀਗਾ ਪਿੰਦਰ ਸੰਧੂ ਦਾ ਨਾਂ ਹੈਗਾ, ਉਹ ਕੈਨੇਡਾ ਤੋਂ ਪਿੰਡ ਆਇਆ ਸੀਗਾ। ਉਹਨੇ ਇੱਕ ਐਲਬਮ ਕਰਨੀ ਸੀ ਸ਼ੁਰੂ 'ਚ ਹੈ ਨਾ, ਅਤੇ ਮੈਂ ਉਦੋਂ ਪੜ੍ਹਦਾ ਸੀਗਾ ਅਤੇ ਮੈਨੂੰ ਗਾਣੇ ਲਿਖਣ ਦਾ ਸ਼ੌਂਕ ਸੀਗਾ। 8 ਕਲਾਸ ਤੋਂ ਮੈਂ ਲਿਖਦਾ ਸੀਗਾ। ਉਹ ਗੱਲ ਉਹਨੂੰ ਕਿਸੇ ਨੇ ਦੱਸਤੀ ਕਿ ਇਹ ਬੰਦਾ ਇੱਦਾਂ ਕਰਕੇ ਗਾਣੇ ਲਿਖਦਾ। ਉਹਨੇ ਮੈਨੂੰ ਘਰ ਸੱਦਿਆ ਕਿ ਇੱਦਾਂ ਕਰਕੇ ਮੈਂ ਕੈਨੇਡਾ ਤੋਂ ਆਇਆ ਸਪੈਸ਼ਲ ਅਤੇ ਮੈਂ ਐਲਬਮ ਕਰਨੀ ਆ ਹੈ ਨਾ, ਅਤੇ ਵੀ ਮੈਂ ਸੋਚਦਾ ਉਹ ਵੀ ਨਵਾਂ ਸੀਗਾ ਹੈ ਨਾ ਕਿ ਆਪਾਂ ਰਲ ਮਿਲ ਕੇ ਕਰ ਲਈਏ। ਮੈਨੂੰ ਵੀ ਸ਼ੌਂਕ ਜਿਹਾ ਸੀਗਾ, ਮੈਂ ਚਲੋ ਮੈਨੂੰ ਲੱਗਦਾ ਸ਼ੁਰੂਆਤ ਵਧੀਆ ਹੋ ਗਈ ਅਤੇ ਉਹਦੇ ਨਾਲ ਰਲ ਕੇ ਆਪਾਂ ਬਾਈ ਨਾਲ ਐਲਬਮ ਸ਼ੁਰੂ ਕੀਤੀ ਹੈ ਨਾ। ਉਦੋਂ ਸ਼ੁਰੂ 'ਚ ਕੀ ਸੀਗਾ, ਮੈਂ ਐਜ ਏ ਵੀਡੀਓ ਡਾਇਰੈਕਟਰ ਫਿਰ ਕੰਮ ਸ਼ੁਰੂ ਕੀਤਾ। ਉਹ ਥੋੜ੍ਹਾ ਜਿਹਾ ਹਰਜੀਤ ਤਰੀਕੀ ਭਾਅ ਜੀ ਨਾਲ ਮੈਂ ਟਾਈਮ ਲਾ ਕੇ ਉੱਥੋਂ ਫਿਰ ਸ਼ੁਰੂ ਕੀਤਾ ਅਤੇ ਆਪਾਂ ਇੱਕ ਪ੍ਰੋਡਕਸ਼ਨ ਬਣਾਈ 3 Kings ਕਰਕੇ ਹੈ ਨਾ। ਸ਼ੁਰੂ ਤੋਂ ਜਿਹੜੇ ਮੈਂ ਵੀਡੀਓ ਕੀਤੇ ਉਹਨਾਂ ਦੇ ਮੈਂ ਥੱਲੇ 3 Kings ਪਾਉਂਦਾ ਸੀਗਾ। ਉਹਦੇ 'ਚ ਕੀ ਹੋਇਆ, ਹੁਣ ਕਈਆਂ ਨੂੰ ਰੌਲਾ ਹੋ ਗਿਆ ਕਿ 3 Kings ਹੈ ਕੌਣ, ਪਤਾ ਨਹੀਂ ਲੱਗਦਾ ਸੀਗਾ ਹੈ ਨਾ। ਤਾਂ ਕਰਕੇ ਕੋਈ ਮੈਨੂੰ ਕਿੰਗ ਕਹਿੰਦਾ ਸੀ, ਕੋਈ ਗਰੇਵਾਲ, ਕੋਈ 3 ਇੱਦਾਂ ਕਰਕੇ, ਅਤੇ ਮੈਨੂੰ ਇਕੱਠਾ ਕਰਨਾ ਪਿਆ ਕਿੰਗ ਗਰੇਵਾਲ। ਫਿਰ ਮੈਨੂੰ ਜੋੜ ਲਿਆ ਅੱਗੇ ਜਾ ਕੇ, ਉੱਥੋਂ ਸ਼ੁਰੂ ਹੋਇਆ ਕਿੰਗ ਗਰੇਵਾਲ। ਅਤੇ ਹੁਣ ਮੈਂ ਜਿੰਨਾ ਵੀ ਆਪਣਾ ਕੰਮ ਕਰਦਾ ਫਿਰ ਕਿੰਗ ਗਰੇਵਾਲ ਤੋਂ ਹੀ ਕੀਤਾ। ਉਸ ਤੋਂ ਬਾਅਦ ਜਿੰਨਾ ਵੀ ਸ਼ੁਰੂ ਹੋਇਆ, ਜਿਸ ਤਰ੍ਹਾਂ ਭਾਅ ਜੀ ਜਾਰਨ ਮੁੱਲੇ 2 ਦੇ ਵਿੱਚ ਤੁਹਾਡੇ ਜਿਹੜੇ ਗਾਣੇ ਉਹਨਾਂ ਬਾਰੇ ਆਪਾਂ ਥੋੜ੍ਹਾ ਗੱਲ ਕਰੀਏ। ਜੀ, ਯਾਰਨ ਮੁੱਲੇ 2 2017 ਜਨਵਰੀ ਦੇ ਵਿੱਚ 6 ਜਨਵਰੀ ਨੂੰ ਰਿਲੀਜ਼ ਹੋਈ ਸੀ ਅਤੇ ਐਜ਼ ਏ ਗੀਤਕਾਰ ਮੇਰੇ ਲਈ ਉਹ ਬਹੁਤ ਵਧੀਆ ਮੂਵੀ ਸਾਬਿਤ ਹੋਈ ਅਤੇ ਉਹਦੇ ਵਿੱਚ 6 ਗਾਣੇ ਮੇਰੇ ਲਿਖੇ ਸੀਗੇ ਅਤੇ ਉਹਦੇ 'ਚ ਸਿੰਗਰ ਵੀ ਮੈਨੂੰ ਬਹੁਤ ਵਧੀਆ ਮਿਲ ਗਏ ਹੈ ਨਾ। ਸਬੱਬ ਨਾਲ ਕਿਸਮਤ ਨਾਲ ਲਾ ਲਓ ਹੈ ਨਾ, ਮਾਸਟਰ ਸਲੀਮ ਸੀਗਾ, ਫਿਰੋਜ਼ ਖਾਨ, ਸਾਰਥੀ ਕੇਵੀਰਾ ਅਤੇ ਸ਼ਫਕਤ ਅਮਾਨਤ ਅਲੀ ਪਾਕਿਸਤਾਨ ਤੋਂ, ਜਿਨ੍ਹਾਂ ਦਾ ਕਾਫੀ ਗਾਣਾ ਨੈਨਾ ਗਾਣਾ ਸੀਗਾ ਉਹਨਾਂ ਦਾ, ਮਿਤਵਾ ਕਹੇ ਧੜਕਨੇ ਤੁਮਸੇ ਕਿਆ, ਹਾਂ ਸ਼ਫਕਤ ਅਮਾਨਤ ਅਲੀ, ਮੈਂ ਉਹਨਾਂ ਨਾਲ ਵੀ ਗਾਣਾ ਕੀਤਾ ਅਤੇ ਉਹ ਸਫ਼ਰ ਐਜ਼ ਗੀਤਕਾਰੀ ਦਾ ਸਫ਼ਰ ਵਧੀਆ ਰਿਹਾ ਮੇਰਾ। ਅੱਛਾ ਗਰੇਵਾਲ ਸਾਹਿਬ, ਜਿਸ ਤਰ੍ਹਾਂ ਦਰਸ਼ਕਾਂ ਨੂੰ ਹਮੇਸ਼ਾ ਇੱਕ ਖਿੱਚ ਰਹਿੰਦੀ ਹੈ ਕਿ ਤੁਹਾਡੇ ਜਿਹੜੇ ਹੁਣ ਤੱਕ ਜਿਸ ਤਰ੍ਹਾਂ ਤੁਸੀਂ ਸਥਾਪਿਤ ਗਾਇਕਾਂ ਦੇ ਨਾਂ ਲਏ, ਸਾਰਥੀ ਕੇ ਭਾਅ ਜੀ ਹੋਰੀ ਹੋ ਗਏ, ਸੁਰਜੀਤ ਖਾਨ ਭਾਅ ਜੀ ਹੋ ਗਏ, ਅਤੇ ਹੁਣ ਤੱਕ ਕਿਹੜੇ ਕਿਹੜੇ ਜਿਹੜੇ ਗਾਇਕਾਂ ਨੇ ਤੁਹਾਡੇ ਗੀਤ ਗਾਏ? ਭਾਅ ਜੀ, ਮੈਂ ਸੁਰਜੀਤ ਖਾਨ ਵੀਰਾ, ਸਾਰਥੀ ਕੇ, ਸ਼ਫਕਤ ਅਮਾਨਤ ਅਲੀ, ਮਾਸਟਰ ਸਲੀਮ, ਫਿਰੋਜ਼ ਖਾਨ ਭਾਅ ਜੀ, ਕਮਲ ਖਾਨ ਹੋ ਗਿਆ ਅਤੇ ਦਿਲਜੋਤ, ਬਹੁਤ ਸਾਰੇ ਸਿੰਗਰਾਂ ਨਾਲ ਮੈਂ ਕੰਮ ਕਰ ਚੁੱਕਿਆ। ਅੱਛਾ, ਜਿਸ ਤਰ੍ਹਾਂ ਸੁਰਜੀਤ ਖਾਨ ਭਾਅ ਜੀ ਉਹਨਾਂ ਨੇ ਤੁਹਾਡਾ ਗਾਣਾ ਵੱਡੇ ਵੱਡੇ ਵੈਲੀ, ਉਹਦੇ ਵਿੱਚ ਬੜੀ ਮਕਬੂਲੀਅਤ ਮਿਲੀ ਤੁਹਾਡੇ ਗਾਣੇ ਨੂੰ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜੀ ਭਾਅ ਜੀ, ਲੋਕਾਂ ਦਾ ਬੜਾ ਪਿਆਰ ਮਿਲਿਆ। ਸਟਬਨ ਸਾਡਾ ਗਾਣਾ ਆਇਆ ਸੀਗਾ, ਯਾਰਨ ਮੁੱਲੇ 2 ਮੂਵੀ ਤੋਂ ਬਾਅਦ ਫਿਰ ਇਹ ਗਾਣਾ ਰਿਲੀਜ਼ ਹੋਇਆ ਸਾਡਾ ਵੱਡੇ ਵੱਡੇ ਵੈਲੀ, ਅਤੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜੀ ਉਸ ਗਾਣੇ ਨੂੰ, ਅਤੇ ਉਸ ਤੋਂ ਉਸ ਗਾਣੇ ਨੇ ਮੈਨੂੰ ਬਹੁਤ ਹੱਲਾਸ਼ੇਰੀ ਵੀ ਬਹੁਤ ਮਿਲੀ, ਬਹੁਤ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਨੂੰ ਅਤੇ ਮੈਨੂੰ ਵੀ ਬਹੁਤ ਪਿਆਰ ਦਿੱਤਾ। ਸਪੈਸ਼ਲ ਮੈਨੂੰ ਕਾਲ ਕਰਕੇ ਕਹਿੰਦੇ ਸੀ ਤੂੰ ਹਾਂ ਵਧੀਆ ਲਿਖ ਸਕਦਾ, ਹੋਰ ਵਧੀਆ ਲਿਖ, ਅਤੇ ਉਸ ਤੋਂ ਫਿਰ ਮੈਂ ਥੋੜ੍ਹਾ ਜਿਹਾ ਹੌਸਲਾ ਮਿਲ ਗਿਆ ਮੈਨੂੰ ਕੰਮ ਕਰਨ ਦਾ ਅਤੇ ਹੋਰ ਵਧੀਆ ਹੋ ਗਿਆ, ਉਹ ਤੋਂ ਮੇਰੀ ਲਾਈਫ ਸੁਖਾਲੀ ਹੋ ਗਈ ਥੋੜ੍ਹੀ ਜੀ। ਅੱਛਾ, ਤੁਹਾਡਾ ਜਿਸ ਤਰ੍ਹਾਂ ਬਾਈ ਆਪਾਂ ਗੱਲ ਕਰੀਏ ਵੀ ਤੁਹਾਡੀ ਜਿਹੜੀ ਕਲਮ ਆ ਉਹ ਜ਼ਿਆਦਾ ਕਿਹੜੇ ਦਾਇਰੇ 'ਚ ਰਹਿ ਕੇ ਲਿਖ ਰਹੀ ਆ? ਭਾਅ ਜੀ, ਮੈਂ ਬਿੱਟੂ ਵੀਰੇ, ਰੋਮੈਂਟਿਕ ਗਾਣੇ ਮੈਨੂੰ ਬਹੁਤ ਪਸੰਦ ਹੈ, ਕੰਪੋਜ਼ ਵੀ ਮੈਂ ਕਰਦਾ ਗਾਣੇ ਦੀ ਅਤੇ ਲਿਖਣੇ ਵੀ ਮੈਨੂੰ ਰੋਮੈਂਟਿਕ ਗਾਣੇ ਬਹੁਤ ਪਸੰਦ ਆ, ਪਰ ਐਜ਼ ਏ ਗੀਤਕਾਰ ਨੂੰ ਹੁਣ ਸਾਰਾ ਚੁਫੇਰਾ ਦੇਖਣਾ ਪੈਂਦਾ ਤੁਹਾਨੂੰ ਹੈ ਨਾ ਕਿ ਮਾਰਕੀਟ 'ਚ ਕੀ ਚੱਲਦਾ, ਅਤੇ ਮੈਂ ਕੋਸ਼ਿਸ਼ ਕਰਦਾ ਹਰ ਇੱਕ ਜੋਨਰ ਦਾ ਗਾਣਾ ਲਿਖਣ ਦੀ ਕੋਸ਼ਿਸ਼ ਕਰਦਾ। ਜਿਸ ਤਰ੍ਹਾਂ ਗਰੇਵਾਲ ਸਾਹਿਬ, ਤੁਹਾਡੇ ਸਟਬਨ ਤੋਂ ਬਾਅਦ ਅਗਲੇ ਗੀਤਾਂ ਦੀ ਲੜੀ ਦੀ ਗੱਲ ਕਰੀਏ, ਅਤੇ ਬਹੁਤ ਸਾਰੇ ਤੁਹਾਡੇ ਗੀਤ ਆਏ ਨੇ ਅਤੇ ਬੜੇ ਗਾਇਕ ਲੈ ਕੇ ਆ ਰਹੇ ਨੇ, ਉਹਨਾਂ ਬਾਰੇ ਥੋੜ੍ਹਾ ਆਪਾਂ ਚਾਨਣਾ। ਬਿੱਟੂ ਵੀਰੇ, ਮੇਰਾ ਸਟਬਨ ਤੋਂ ਬਾਅਦ ਮੇਰਾ ਸਫ਼ਰ ਬਹੁਤ ਸੁਖਾਲਾ ਹੋ ਗਿਆ ਐਜ਼ ਏ ਗੀਤਕਾਰ ਹੈ ਨਾ। ਉਸ ਤੋਂ ਬਾਅਦ ਫਿਰ ਮੇਰਾ ਗਾਣਾ 'ਤੇਰੇ ਰੰਗ' ਰਿਲੀਜ਼ ਹੋਇਆ ਦਿਲਜੋਤ ਨਾਲ, ਉਹਨਾਂ ਨੇ ਡੈਬਿਊ ਕੀਤਾ ਸੀਗਾ ਅਤੇ 'ਤੇਰੇ ਰੰਗ' ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਆਡੀਅੰਸ ਨੇ, ਅਤੇ ਉਸ ਤੋਂ ਬਾਅਦ ਫਿਰ ਮੇਰਾ ਸੁਰਜੀਤ ਖਾਨ ਵੀਰ ਨਾਲ ਰਿਲੀਜ਼ ਹੋਇਆ ਗਾਣਾ 'ਜੱਟ 'ਤੇ 51 ਕੇਸ ਪਹਿਲਾਂ ਬੋਲਦੇ, ਸੋ ਉਹ ਰਿਲੀਜ਼ ਹੋਇਆ,
ਅਤੇ ਹੁਣੇ ਜੇ ਹੁਣ ਚੈਨਲਾਂ 'ਤੇ ਚੱਲਦਾ ਹੀ ਆ ਗਾਣਾ ਅੱਖ ਮਟੱਕਾ ਦਿਲਜੋਤ ਦਾ, ਅਤੇ ਉਹ ਮੇਰੇ ਚਾਰ ਗਾਣੇ ਹੁਣ ਲਗਾਤਾਰ ਰਿਲੀਜ਼ ਹੋਏ ਆ। ਅੱਛਾ, ਦਿਲਜੋਤ ਨੇ ਤੁਹਾਡੇ ਹੁਣ ਤੱਕ ਕਿੰਨੇ ਗਾਣੇ ਗਏ? ਦਿਲਜੋਤ ਨੇ ਮੇਰੇ ਦੋ ਗਾਣੇ ਕੀਤੇ, ਉਹਨਾਂ ਨੇ ਆਪ ਵੀ ਦੋ ਹੀ ਕੀਤੇ ਆ, ਮੇਰੇ ਨਾਲ ਹੀ ਡੈਬਿਊ ਕੀਤਾ ਉਹਨਾਂ ਨੇ, ਅਤੇ ਦੋ ਗਾਣੇ ਉਹਨਾਂ ਨੇ ਕੀਤੇ ਆ। ਅਤੇ ਫਿਲਮਾਂ ਵਿੱਚ ਲਿਖਣਾ ਜ਼ਿਆਦਾ ਵਧੀਆ ਲੱਗਦਾ ਗਰੇਵਾਲ ਨੂੰ ਜਾਂ ਉਸ ਤੋਂ ਇਲਾਵਾ ਇੱਧਰ ਸਿੰਗਲ ਟਰੈਕ ਵੱਲ? ਲਿਖਣਾ ਸਿੰਗਲ ਟਰੈਕ ਜ਼ਿਆਦਾ ਵਧੀਆ, ਕਿਉਂਕਿ ਤੁਸੀਂ ਖੁੱਲ੍ਹ ਕੇ ਲਿਖ ਸਕਦੇ ਹੋ ਉੱਥੇ, ਹੈ ਨਾ। ਫਿਲਮਾਂ 'ਚ ਇੱਕ ਬਾਉਂਡੇਸ਼ਨ ਹੁੰਦੀ ਆ, ਤੁਹਾਨੂੰ ਇੱਕ ਤੁਹਾਨੂੰ ਦਾਇਰਾ ਤੁਹਾਨੂੰ ਇੱਕ ਦਿੱਤਾ ਜਾਂਦਾ ਕਿ ਨਹੀਂ ਤੂੰ ਇਹਦੇ ਅੰਡਰ ਕ੍ਰੋਸ ਤੁਹਾਡੇ ਕਿ ਇਹਦੇ ਅੰਦਰ ਤੁਸੀਂ ਕੰਮ ਕਰਨਾ ਆ, ਹੈ ਨਾ, ਕਿ ਤੁਹਾਨੂੰ ਇੱਕ ਥੀਮ ਦਿੱਤਾ ਜਾਂਦਾ ਕਿ ਇਹ ਕੋਨਸੈਪਟ ਹੈਗਾ ਫਿਲਮ ਦਾ, ਇਹ ਸਿਚੁਏਸ਼ਨ ਹੈਗੀ, ਇਹਦੇ 'ਤੇ ਤੁਸੀਂ ਗਾਣਾ ਲਿਖਣਾ, ਤੁਸੀਂ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ ਲੈਫਟ ਰਾਈਟ, ਹੈ ਨਾ। ਇੱਕ ਤੁਹਾਨੂੰ ਸਿਹਤ 'ਤੇ ਚੱਲਣਾ ਪੈਂਦਾ ਆ, ਇੱਦਾਂ ਹੈਗਾ। ਜਿਸ ਤਰ੍ਹਾਂ ਫਿਰੋਜ਼ ਖਾਨ ਭਾਜੀ ਹੋਰੀ ਬੜਾ ਮਕਬੂਲੀਅਤ ਆ ਉਹਨਾਂ ਦੀ, ਹੈ ਨਾ, ਆਪਾਂ ਜਿੱਦਾਂ ਕਹੀਏ ਵੀ ਉਹਨਾਂ ਦਾ ਤਾਂ ਨਾਮ ਹੀ ਬਹੁਤ ਵੱਡਾ, ਅਤੇ ਉਹੋ ਜਿਹੇ ਗਾਇਕਾਂ ਲਈ ਕਿਵੇਂ ਲਿਖਦੇ ਹੋ? ਭਾਜੀ, ਮੈਂ ਗਾਇਕਾਂ ਨੂੰ ਰੱਖ ਕੇ ਕਦੇ ਨਹੀਂ ਲਿਖਿਆ, ਹੈ ਨਾ। ਮੈਂ ਕੋਸ਼ਿਸ਼ ਕੀਤੀ ਆ ਹਮੇਸ਼ਾ ਕਿ ਮੈਂ ਬੈਸਟ ਕੀ ਲਿਖ ਸਕਦਾ ਅਤੇ ਮੇਰੀ ਕੰਪੋਜੀਸ਼ਨਾਂ ਕੀ ਹੋ ਸਕਦੀਆਂ ਉਹ। ਮੈਂ ਸਿੰਗਰਾਂ ਨੂੰ ਕਦੇ ਫੜ ਕੇ ਨਹੀਂ ਲਿਖਿਆ ਕਿ ਇਹ ਗਾਣਾ ਇਹ ਸਿੰਗਰ ਲਈ ਹੋਏਗਾ, ਹੈ ਨਾ। ਉਹ ਗਾਣਾ ਮੇਰਾ ਭਾਵੇਂ ਕੋਈ ਵੀ ਗਾਏ, ਹੈ ਨਾ, ਮੈਂ ਸੋਚਦਾ ਕਿ ਮੇਰਾ ਜਿਹੜਾ ਪਾਰਟ ਆਫ ਲਿਰਿਕਸ ਆ ਉਹ ਮੇਰਾ ਵਧੀਆ ਹੋਣਾ ਚਾਹੀਦਾ, ਭਾਵੇਂ ਨਵਾਂ ਗਾਏ ਜਾਂ ਭਾਵੇਂ ਨਾ ਵਰਗਾਏ, ਜਿਹੜਾ ਮੇਰਾ ਪਾਰਟ ਹੈਗਾ ਗਾਣੇ ਦਾ ਉਹ ਵਧੀਆ ਹੋਣਾ ਚਾਹੀਦਾ ਬਸ। ਜ਼ਿਆਦਾਤਰ ਤੁਹਾਡੇ ਜਿਹੜੇ ਗਾਣੇ ਬਈ ਤੁਸੀਂ ਸਥਾਪਿਤ ਗਾਇਕਾਂ ਨੂੰ ਹੀ ਦਿੱਤੇ ਨੇ, ਇਸ ਤੋਂ ਇਲਾਵਾ ਨਵਿਆਂ ਲਈ? ਜੀ ਬਿੱਟੂ ਜੀ, ਮੇਰੇ ਨਵੇਂ ਸਿੰਗਰ ਵੀ ਕਾਫੀ ਮੈਂ ਹੁਣ ਰਿਲੀਜ਼ ਹੋਣੇ ਆ, ਮੇਰਾ ਖਿਆਲ 15-20 ਗਾਣੇ ਹੈਗੇ ਤੁਹਾਡੇ ਗੀਤਾਂ ਦੀ ਲਿਸਟ ਬੜੀ ਲੰਬੀ। ਹੁਣ ਨਵੇਂ ਜਿਹੜੇ ਹੈਗੇ ਕਾਫੀ ਸਿੰਗਰ ਹੁਣ ਆਣਗੇ, ਤੇ ਜਿਹੜੇ ਮੈਂ ਸਟੱਬਾਂ ਤੋਂ ਬਾਅਦ ਕੀਤੇ ਆ ਉਹ ਵੀ ਹੁਣ ਇੱਕ ਇੱਕ ਕਰਕੇ ਰਿਲੀਜ਼ ਹੋਈ ਜਾਣੇ ਆ, ਉਹ ਵੀ ਚੱਲਦਾ ਪਿਆ ਨਾਲ ਨਾਲ। ਅੱਛਾ ਕਿੰਗ ਭਾਜੀ, ਤੁਹਾਡਾ ਇੱਧਰ ਲੇਖਣੀ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਜਿਹੜੇ ਤੁਸੀਂ ਪਾਲ ਰੱਖੇ? ਬਿੱਟੂ ਮੇਰੇ ਘਰੇ ਥੋੜ੍ਹਾ ਖੇਤੀਬਾੜੀ ਦਾ ਕੰਮ ਹੈਗਾ, ਹੈ ਨਾ, ਉਹ ਵੀ ਸ਼ੌਂਕ ਹੀ ਆ ਜੱਟਾਂ ਦਾ, ਹੈ ਨਾ। ਉਹ ਹੋ ਗਿਆ ਇੱਕ, ਮੈਨੂੰ ਕਬੱਡੀ ਦਾ ਸ਼ੌਂਕ ਹੈਗਾ, ਅਤੇ ਦੋ ਹੋ ਗਿਆ, ਅਤੇ ਤੀਜਾ ਹੁਣ ਇਹ ਗੀਤਕਾਰੀ ਦਾ ਸ਼ੌਂਕ ਹੈ, ਕਿਉਂਕਿ ਇਹ ਵੀ ਕੋਈ ਵੀ ਕੰਮ ਪੈਸ਼ਨ ਤੋਂ ਬਿਨਾਂ ਨਹੀਂ ਹੁੰਦਾ, ਹੈ ਨਾ, ਅਤੇ ਹੁਣ ਇਹ ਗੀਤਕਾਰੀ ਵੀ ਇੱਕ ਸ਼ੌਂਕ ਹੀ ਆ। ਅੱਜ ਦੇ ਮਹਿੰਗੇ ਦੌਰ ਦੇ ਵਿੱਚ ਗਰਿਆ ਸਾਹਿਬ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਵੀ ਗੀਤ ਰਿਕਾਰਡ ਕਰਾਉਣਾ, ਗਾਇਕ ਤੱਕ ਲੈ ਕੇ ਜਾਣਾ, ਉਸ ਤੋਂ ਬਾਅਦ ਵੀਡੀਓ, ਇਹ ਬੜਾ ਲੰਬਾ ਪ੍ਰੋਸੈਸ ਹੋ ਜਾਂਦਾ ਇੱਕ, ਹੈ ਨਾ, ਮਹਿੰਗਾ ਜ਼ਮਾਨਾ, ਅਤੇ ਤੁਸੀਂ ਕਿਵੇਂ ਇਹ ਸਾਰਾ ਹੈਂਡਲ ਕਰਦੇ ਹੋ? ਨਹੀਂ, ਉਹਦੇ ਲਈ ਕੀ ਹੁੰਦਾ ਬਿੱਟੂ, ਇੱਕ ਪ੍ਰੋਪਰ ਟੀਮ ਹੁੰਦੀ ਆ, ਹੈ ਨਾ। ਮੇਰਾ ਮੈਂ ਐਜ਼ ਗੀਤਕਾਰ ਹੀ ਉਹ ਚੀਜ਼ਾਂ ਸੋਚਦਾ, ਹੈ ਨਾ, ਉਹ ਚੀਜ਼ਾਂ ਕੰਪਨੀਆਂ ਹੈਂਡਲ ਕਰਦੀਆਂ ਜਾਂ ਸਿੰਗਰ ਸੋਚ, ਥੋੜ੍ਹਾ ਮਹਿੰਗਾ ਤਾਂ ਹੈ ਹੀ ਆ, ਹੈ ਨਾ, ਉਹ ਚੀਜ਼ਾਂ ਆ, ਬਟ ਚੱਲੀ ਜਾਂਦਾ ਆ। ਮੇਰੇ ਜਿਹੜਾ ਕਹਿਣ ਦਾ ਮਤਲਬ ਗਰਿਆ ਸਾਹਿਬ, ਜਿਸ ਤਰ੍ਹਾਂ ਜਦੋਂ ਆਪਣੇ ਗੀਤ ਹਿੱਟ ਹੋਣੇ ਸ਼ੁਰੂ ਹੁੰਦੇ ਆ, ਆਮ ਤੌਰ 'ਤੇ ਦਰਸ਼ਕ ਵੀ ਇਹ ਚੀਜ਼ ਨੂੰ ਜ਼ਿਆਦਾ ਨੇੜਿਓਂ ਵੇਖਦੇ ਨੇ, ਕਿਉਂਕਿ ਗੀਤਕਾਰ ਜਦੋਂ ਸਥਾਪਿਤ ਹੋ ਜਾਂਦਾ ਤਾਂ ਉਹ ਗੀਤ ਵੇਚਣੇ ਸ਼ੁਰੂ ਕਰ ਦਿੰਦਾ, ਕੀ ਵਪਾਰੀਕਰਨ ਜ਼ਰੂਰੀ ਹੈ ਗੀਤਕਾਰੀ ਦੇ ਵਿੱਚ, ਤੁਸੀਂ ਕੀ ਸਮਝ? ਨਹੀਂ ਨਹੀਂ, ਕਲਾ ਦਾ ਕੋਈ ਮੁੱਲ ਨਹੀਂ ਹੈਗਾ, ਉਹਨੂੰ ਤੁਸੀਂ ਕੋਈ 20,000 50,000 ₹1,00,000 ਰੁਪਏ 'ਚ ਨਹੀਂ ਤੁਸੀਂ ਸੇਲ ਕਰ ਸਕਦੇ, ਹੈ ਨਾ। ਗਾਣੇ ਦੀ ਸੇਲਿੰਗ ਦਾ ਜਿੱਥੇ ਹੁੰਦਾ, ਕੁਛ ਹਰ ਇੱਕ ਬੰਦੇ ਦੀਆਂ ਨਿੱਜੀ ਜ਼ਰੂਰਤਾਂ ਹੈਗੀਆਂ ਲਾਈਫ ਦੀਆਂ, ਹੈ ਨਾ, ਉਹਨਾਂ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਫਿਰ ਪੈਸਾ ਚਾਹੀਦਾ, ਹੈ ਨਾ। ਜੇ ਤੁਸੀਂ ਗਾਣੇ ਵੀ ਲਿਖਣੇ ਆ, ਤੁਹਾਡੇ ਨਿੱਜੀ ਖਰਚੇ ਵੀ ਹੈਗੇ, ਹੈ ਨਾ, ਤੁਸੀਂ ਆਉਣਾ ਜਾਣਾ ਕਿਤੇ ਸਟੂਡੀਓ ਜਾਣਾ, ਹੈ ਨਾ, ਉਹ ਚੀਜ਼ਾਂ ਸਭ ਪੈਸਿਆਂ ਨਾਲ ਹੀ ਚੱਲਣੀਆਂ, ਹੈ ਨਾ। ਤੁਸੀਂ ਕੀ ਖਾਂਦੇ ਹੋ, ਕੀ ਤੁਸੀਂ ਪਾਉਂਦੇ ਹੋ, ਹੈ ਨਾ, ਉਹ ਚੀਜ਼ਾਂ ਤੁਹਾਡੇ ਨਾਲ ਚੱਲਦੀਆਂ, ਹੈ ਨਾ। ਉਸ ਕਰਕੇ ਉਹ ਚੀਜ਼ ਜ਼ਰੂਰੀ, ਵੈਸੇ ਕਲਾ ਦਾ ਕੋਈ ਮੁੱਲ ਨਹੀਂ ਹੈਗਾ। ਜਿਸ ਤਰ੍ਹਾਂ ਤੁਹਾਡੇ ਭਾਅ ਜੀ ਗੀਤ ਰਿਕਾਰਡ ਹੋਏ ਅਤੇ ਵੀਡੀਓ ਵੀ ਆਈਆਂ, ਗੀਤ ਸੁਪਰ ਡੁਪਰ ਹਿੱਟ ਵੀ ਗਏ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੋ ਜਿਹੇ ਗੀਤ ਲਿਖਣਾ ਜਾਂ ਚਾਹੋਗੇ ਤਾਂ ਕਿਹੜੇ ਗਾਇਕਾਂ ਲਈ ਲਿਖਣਾ ਚਾਹੋਗੇ, ਕੋਈ ਖਾਸ? ਬਿੱਟੂ ਵੀਰੇ, ਆਉਣ ਵਾਲੇ ਕਿ ਮੈਂ ਕਿੱਦਾਂ ਦਾ ਲਿਖਣਾ ਚਾਹੂੰਗਾ, ਇਹ ਤਾਂ ਹੁਣ ਸਮੇਂ ਨਾਲ ਹੀ, ਰਾਈਟਰ ਸਮੇਂ ਨਾਲ ਹੀ ਤੁਰਦਾ ਹੁੰਦਾ, ਹੈ ਨਾ। ਮੈਂ ਸਮੇਂ ਨਾਲ ਹੀ ਤੁਰਦਾ ਹਾਂ, ਹੈ ਨਾ, ਕਿ ਹੁਣ ਮੈਂ ਕੀ, ਸ਼ਾਇਦ 6 ਮਹੀਨੇ ਬਾਅਦ ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋਏਗਾ, ਕੀ ਹੋਏਗਾ, ਹੈ ਨਾ, ਹੈ ਨਾ, ਇੰਡਸਟਰੀ ਦਾ। ਸੋ ਮੈਂ ਉੱਦਾਂ ਦੇ ਲਿਖਣ ਦੀ ਕੋਸ਼ਿਸ਼ ਕਰੂੰਗਾ, ਹੈ ਨਾ, ਸਮੇਂ ਨਾਲ ਹੀ ਮੈਂ ਤੁਰਦਾ ਹਾਂ। ਅਤੇ ਰਹੀ ਗੱਲ ਸਿੰਗਰਾਂ ਦੀ, ਉਹ ਮੈਂ ਕੁਝ ਜ਼ਿਆਦਾ ਨਹੀਂ ਕਿ ਜੋ ਵੀ ਆਏ ਬਸ ਮੇਰਾ ਕੰਮ ਵਧੀਆ ਹੋਏ, ਬਸ। ਭਾਅ ਜੀ ਸੁਰਜੀਤ ਖਾਨ, ਉਹਨਾਂ ਨੇ ਤੁਹਾਡਾ ਇੱਕ ਗੀਤ ਗਾਇਆ 52 ਕੇਸ, ਅਤੇ ਬੜੀ ਮਕਬੂਲੀਅਤ ਮਿਲੀ ਇਸ ਗਾਣੇ ਨੂੰ, ਅਤੇ ਮੈਂ ਸਮਝਦਾ ਆਮ ਤੌਰ 'ਤੇ ਜਿਹੜਾ ਗੀਤ ਲਿਖਿਆ ਜਾਂਦਾ ਉਹਦੇ ਵਿੱਚ ਗੀਤਕਾਰ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਇਹ ਕੀ ਮੰਨਦੇ ਹੋ ਕਿ ਇਹ ਗੀਤ ਨੇ ਕੋਈ ਸਮਾਜ ਨੂੰ ਸੇਧ ਦਿੱਤੀ ਜਾਂ ਤੁਹਾਡੀ ਕਲਮ ਦੀ ਕੋਈ ਖਾਸ ਉਪਜ ਮੰਨਦੇ ਹੋ ਇਹ ਗੀਤ? ਮੈਂ ਐਜ਼ ਏ ਗੀਤਕਾਰ ਹਰ ਇੱਕ ਚੀਜ਼ ਲਿਖਣ ਦੀ ਕੋਸ਼ਿਸ਼ ਕਰਦਾ, ਹੈ ਨਾ, ਹਰ ਇੱਕ ਦਾਇਰੇ ਦੇ ਅੰਦਰ ਮੈਂ ਰਹਿ ਕੇ, ਹੈ ਨਾ, ਇੱਕ ਦਾਇਰੇ ਦੇ ਅੰਦਰ ਰਹਿ ਕੇ ਬਟ, ਹੈ ਨਾ, ਕਿ ਮੈਂ ਵਿਆਹਾਂ 'ਤੇ ਵੀ ਗਾਣੇ ਲਿਖੇ ਆ, ਹੈ ਨਾ, ਅਤੇ ਜੇ ਸਮਾਜ 'ਚ ਜੋ ਚੱਲਦਾ ਪਿਆ ਮੈਂ ਉਹਦੇ 'ਤੇ ਵੀ ਗਾਣੇ ਲਿਖੇ, ਕਿਸਾਨਾਂ ਦੇ ਉੱਤੇ ਵੀ ਗਾਣੇ ਹੈਗੇ, ਹੈ ਨਾ। ਮੈਂ ਹਰ ਇੱਕ ਚੀਜ਼ ਲਿਖਣ ਦੀ ਕੋਸ਼ਿਸ਼ ਕੀਤੀ, ਅਤੇ ਉਸ ਜੌਨ ਦੇ ਵਿੱਚ ਇਹ ਵੀ ਆਉਂਦਾ, ਪੰਜਾਬੀਆਂ ਦੀ ਅਣਖ ਦੀ ਗੱਲ ਹੈ, ਹੈ ਨਾ। ਪਰ ਮੇਰਾ ਜਿੱਥੇ ਤੱਕ ਪਰਸਨਲੀ ਹੈਗਾ ਆ ਕਿ ਸਾਡਾ ਕੋਈ ਵਿਜ਼ਨ ਇੱਦਾਂ ਦਾ ਨਹੀਂ ਹੁੰਦਾ, ਹੈ ਨਾ, ਕਿ ਸਾਡੇ ਗਾਣਿਆਂ ਦਾ ਗਲਤ ਮੈਸੇਜ ਆਏ। ਸਿਰ ਮੈਂ ਆਡੀਅੰਸ ਨੂੰ ਵੀ, ਤੁਹਾਡੇ ਸਾਰੇ ਜਿਹੜੇ ਵੀ ਆਪਣੀ ਗੱਲਬਾਤ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਨਾ ਚਾਹੁੰਦਾ ਕਿ
म्यूजिक नूं सिर्फ तुसी एज ए म्यूजिक ही लो, उन्हूं परसनली तुसी लाइफ च ना लैके जाओ, है ना, प्रैक्टिकली ना लो। जो भी हुंदा जिदा हथियार गाने च आपां देख रहे चक्की फिरदे आ, वो सिर्फ एक म्यूजिक है, उन्हूं सुन के तुसी छड़ दो। पर गरेयाल साहब जिस तरह जिहड़ी नवीं पनीरी आ, उह तां इह चीज़ नूं देख के फॉलो करदे हुंदे उत्साहित हुंदे ने, ते मैं खुद निजी तौर ते चीज़ नूं वेख रहा सी कि तुहाडी कलम जिहड़ी जिस तरह तुसी इह गीत लिखिआ 51 केस की गल हुई, एक जूथ नूं उस पासे वल हुलारा देण वाली गल आ। नहीं नहीं बिट्टू मेरे उहदे पता की उहदे च मैं एक चीज़ होर भी हुण चलो इत्थे क्वेश्चन तुसी कीता है ना, उहदे च जिम्मेदार किते ना किते आपां सारे हैगे आ, है ना, कोई भी अपनी जिम्मेदारी तों नहीं बच सकदा, है ना, ना मैं बच सकदा, है ना, है ना, क्योंकि लिखण वाला भी जिम्मेदार हैगा, गाण वाला भी जिम्मेदार, ते किते ना किते सुणन वाला भी जिम्मेदार हैगा, है ना। जे हुण आपां रेशो कढ लईए अपने अपने अपनी मार्केट चों गाणियां दी, ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਹੈਗੇ ਉਹ ਤੁਸੀਂ ਯੂਟਿਊਬ 'ਤੇ ਦੇਖ ਲਓ, ਤੁਸੀਂ ਕਿਤੇ ਵੀ ਦੇਖ ਲਓ, ਬਹੁਤ ਘੱਟ ਚੱਲਦੇ ਆ, ਲੋਕ ਸੁਣਦੇ ਨੇ ਇਹਨਾਂ ਨੂੰ, ਹੈ ਨਾ। ਜੇ ਤੁਸੀਂ ਮਾਰਜਨ ਦੇਖੋ ਇਹਨਾਂ ਗਾਣੇ ਦਾ ਮਾਰਜਨ ਜ਼ਿਆਦਾ, ਅਤੇ ਕਿਤੇ ਨਾ ਕਿਤੇ ਕਮੀਆਂ ਤਾਂ ਸਾਰਿਆਂ 'ਚ ਹੈਗੀਆਂ, ਮੇਰੇ 'ਚ ਵੀ ਹੈਗੀਆਂ, ਮੈਂ ਲਿਖਦਾ, ਹੈ ਨਾ, ਸੁਣਨ ਵਾਲੇ ਵੀ ਨਾਲ, ਆਪਾਂ ਸਾਰੇ ਇਕੱਠੇ ਹਾਂ, ਉਹ ਚੀਜ਼ ਇਕੱਠੇ ਆਪਾਂ ਸਾਰੇ ਇਕੱਠੇ ਹੋ ਕੇ ਉਹ ਚੀਜ਼ ਨੂੰ ਕਰ ਸਕਦੇ ਹਾਂ। ਇਕੱਲਾ ਲਿਖਣ ਵਾਲਾ, ਇਕੱਲਾ ਸਿੰਗਰ ਜਾਂ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਇਸ ਮਾਹੌਲ ਨੂੰ, ਜਾਂ ਜੋ ਵੀ ਲੱਗਦਾ, ਇਹ ਸਾਰੇ ਆਪਾਂ ਰਲ ਕੇ ਸਹੀ ਕਰ ਸਕਦੇ ਹਾਂ। ਸੋ ਭਾਈ ਆਪਾਂ ਥੋੜ੍ਹਾ ਜਿਹਾ ਭਾਜੀ ਮਾਹੌਲ ਜਿਹੜਾ ਹੋਰ ਘੈਂਟ ਜਿਹਾ ਬਣਾਈਏ, ਇੱਕ ਗੀਤ ਜਿਹੜਾ ਵਧੀਆ ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਜ਼ਰੂਰ ਗਾ ਕੇ ਸੁਣਾ। ਕੀ ਬਾਤ ਹੈ ਜੀ ਭਾਜੀ, ਮੈਂ ਤੁਹਾਨੂੰ ਸਟਬਨ ਸੁਣਾਉਂਦਾ, ਬਿਲਕੁਲ ਸੁਰਜੀਤ ਭਾਈ ਦਾ ਗਾਣਾ ਕਾਫੀ ਫੇਮਸ ਸੀਗਾ ਅਤੇ ਮੈਨੂੰ ਬਹੁਤ ਪਸੰਦ ਆ ਗਾਣਾ। ਅਤੇ ਹੋ ਅੱਖ ਚੁੱਕਣ ਨਹੀਂ ਦਿੰਦਾ, ਅੱਖ ਚੁੱਕਣ ਨਹੀਂ ਦਿੰਦਾ ਐਵੇਂ ਐਰੇ ਗੈਰੇ ਨੂੰ, ਮੁੱਛ ਤਾਈਓ ਰੱਖਦਾ ਉਹ ਤਾਂ ਕਰਕੇ, ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ, ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ, ਮਿੱਤਰਾਂ ਦੇ ਅੜਬ ਸੁਭਾ ਕਰਕੇ, ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ, ਮਿੱਤਰਾਂ ਦੇ ਅੜਬ ਸੁਭਾ ਕਰਕੇ। ਬਾਈ ਜਿਸ ਤਰ੍ਹਾਂ ਤੁਹਾਡੇ ਗੀਤ ਬੜੇ ਮਕਬੂਲ ਹੋਏ ਨੇ, ਮੈਂ ਵਾਰ ਵਾਰ ਇਹ ਗੱਲ ਅੱਜ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਬੜਾ ਵਧੀਆ ਲੱਗ ਰਿਹਾ ਕਿ ਕਿੰਗ ਗਰਿਆਲ ਭਾਜੀ ਉਹਨਾਂ ਦੇ ਨਾਲ। ਥੈਂਕ ਯੂ ਭਾਜੀ, ਮੈਂ ਖੁਦ ਕਿਉਂਕਿ ਸੇਵਾ ਤੁਹਾਡੇ ਨਾਲ। ਕਈ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਸਾਹਮਣੇ ਘੱਟ ਆਉਂਦੇ ਨੇ, ਪਰ ਉਹਨਾਂ ਦੀ ਕਲਾ ਕਿਰਤਾਂ ਜਿਹੜੀਆਂ ਕਲਾ ਬੋਲਦੀ ਹੁੰਦੀ ਹੈ, ਅਤੇ ਜੇ ਤੁਸੀਂ ਉਹਨਾਂ 'ਚੋਂ ਇੱਕ ਹੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਫਿਲਮਾਂ ਦੇ ਵਿੱਚ ਵੀ ਹੋ ਅਤੇ ਆਪਣੇ ਗੀਤ ਵੀ ਪੂਰੇ ਘੈਂਟ ਲਿਖ ਰਹੇ ਹੋ, ਅਤੇ ਆਪ ਗਾਉਣ ਬਾਰੇ ਕੁਛ ਸੋਚਿਆ? ਹਾਲੇ ਪ੍ਰੋਜੈਕਟ ਮੇਰੇ ਕੁਛ ਜਿਹੜੇ ਅੰਡਰ ਪ੍ਰੋਸੈਸ ਚੱਲਦੇ ਪਏ ਆ, ਹੈ ਨਾ, ਮੈਨੂੰ ਸ਼ੌਂਕ ਵੀ ਹੈ, ਮੈਂ ਕੋਈ ਮੁਕਰਦਾ ਨਹੀਂ ਇਸ ਚੀਜ਼ ਤੋਂ, ਹੈ ਨਾ, ਕੀੜਾ ਮੈਨੂੰ ਹੈਗਾ ਗਾਣ ਦਾ, ਅਤੇ ਮੈਂ ਕਰੂੰਗਾ ਇੱਕ ਸਿੰਗਲ ਟਰੈਕ, ਅਤੇ ਉਹ ਮੈਂ ਕੁਛ ਟਾਈਮ ਬਾਅਦ, ਹਾਲੇ ਮੇਰੇ ਕਾਫੀ ਗਾਣੇ ਹਾਲੇ ਰਿਲੀਜ਼ ਹੋਣੇ ਆ, ਸੋ ਉਸ ਤੋਂ ਬਾਅਦ ਫਿਰ ਮੈਂ ਸੋਚਦਾ ਇੱਕ ਗਾਣਾ ਕਰੀਏ, ਕਿਉਂ ਟਰੈਂਡ ਵੀ ਚੱਲਦਾ ਪਿਆ ਐ, ਗੀਤਕਾਰ ਸਾਰੇ ਹੁਣ ਸਿੰਗਰ ਵੀ ਗੀਤਕਾਰ ਅੱਗੇ ਆ ਰਹੇ ਨੇ। ਜੀ 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 ਗਰਿਆਲ ਸਾਹਿਬ, ਜਿਸ ਤਰ੍ਹਾਂ ਤੁਸੀਂ ਬੋਲੀਵੁੱਡ ਫਿਲਮਾਂ ਦੇ ਵਿੱਚ ਵੀ ਤੁਹਾਡੇ ਜਿਹੜੇ ਗੀਤ ਆਏ ਨੇ, ਪਰ ਨਾਲ ਦੀ ਨਾਲ ਮੈਨੂੰ ਪਤਾ ਲੱਗਿਆ ਕਿ ਹਾਲੀਵੁੱਡ ਦੇ ਵਿੱਚ ਵੀ ਤੁਹਾਡੀ ਜਿਹੜੀ ਕਲਮ ਗੂੰਜੀ ਆ, ਥੋੜ੍ਹਾ ਜਿਹਾ ਆਪਾਂ ਉਹਦੇ ਬਾਰੇ ਗੱਲ ਕਰ। ਜੀ 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 ਬਿੱਟੂ ਜੀ, ਇੱਕ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਵੀ ਇੱਕ ਮਿਲਿਆ, ਇੱਕ ਹਾਲੀਵੁੱਡ ਦੀ ਫਿਲਮ ਹੈ ਅਤੇ ਉਹਦੇ 'ਚ ਆਪਣਾ ਪੰਜਾਬੀ ਗਾਣਾ, ਅਤੇ ਮੈਂ ਵੀ ਉਹਦਾ ਹਿੱਸਾ ਬਣਿਆ, ਹੈ ਨਾ, ਅਤੇ ਐਸ ਗੀਤਕਾਰ ਮੈਂ ਕੀਤਾ ਗਾਣਾ, ਅਤੇ ਮੈਂ ਐਕਸਾਈਟ ਹਾਂ ਬਹੁਤ ਉਸ ਚੀਜ਼ ਨੂੰ ਲੈ ਕੇ, ਹੈ ਨਾ, ਕਿ ਚਲੋ ਉਹ ਫਿਲਮ 5 ਵੈਡਿੰਗਸ ਉਹਦਾ ਨਾਂ ਹੈਗਾ, ਅਤੇ ਜਲਦ ਉਹ ਰਿਲੀਜ਼ ਹੋਏਗੀ। ਅੱਛਾ, ਤੁਸੀਂ ਐਜ ਏ ਗੀਤਕਾਰ ਆਪਣੇ ਆਪ ਤੋਂ ਸੰਤੁਸ਼ਟ ਹੋ? ਜੀ ਜੀ ਬਿਲਕੁਲ, ਮੈਂ ਕਿ ਪਤਾ ਕਿ ਜਿਹੜੀ ਇੱਛਾਵਾਂ ਹੁੰਦੀਆਂ ਇਨਸਾਨ ਦੀਆਂ, ਉਹ ਕਦੇ ਨਹੀਂ ਪੂਰੀ ਹੁੰਦੀਆਂ, ਹੈ ਨਾ, ਉਹ ਤਾਂ 1 ਤੋਂ 2, 2 ਤੋਂ 4 ਇੱਦਾਂ ਕਰਕੇ ਬੰਦਾ ਅੱਗੇ ਤੋਂ ਅੱਗੇ ਸੋਚੀ ਜਾਂਦਾ, ਹੈ ਨਾ, ਪਰ ਮੈਂ ਜਿੱਦਾਂ ਹੁਣ ਜਿਹੜੇ ਵੀ ਮੁਕਾਮ 'ਤੇ ਮੈਂ ਹੁਣ ਹੈਗਾ, ਜਿਹੜੀ ਸਟੇਜ 'ਤੇ ਮੈਂ ਹੁਣ, ਮੈਂ ਬਹੁਤ ਸੰਤੁਸ਼ਟ ਹਾਂ ਕਿ ਇੰਨੇ ਯੋਗਾ ਕਰਤਾ ਪਰਮਾਤਮਾ ਨੇ ਸਾਨੂੰ, ਹੈ ਨਾ, ਕਿ ਹਾਲੇ ਮੈਂ ਉਹ ਚੀਜ਼ ਵੀ, ਮੈਂ ਉਹ ਦਿਨ ਵੀ ਮੈਂ ਯਾਦ ਕਰਦਾ ਕਿ ਜਦ ਕੋਈ ਨਹੀਂ ਜਾਣਦਾ ਸੀਗਾ, ਅਸੀਂ ਡਾਇਰੀਆਂ ਚੱਕ ਕੇ ਫਿਰਦੇ ਹੁੰਦੇ ਸੀ ਕਿ ਭਾਅ ਜੀ ਇਹ ਗਾਣਾ ਲਿਖਿਆ, ਇਹ ਲਿਖ ਲਿਆ, ਹੈ ਨਾ, ਕਿ ਚਲੋ ਉਸ ਚੀਜ਼ 'ਚੋਂ ਹੁਣ ਬਾਹਰ ਨਿਕਲਿਆ, ਹੈ ਨਾ, ਇੱਦਾਂ ਕਰਕੇ ਮੈਂ ਬੜਾ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ। ਤੁਸੀਂ ਆਪਣੇ ਗੀਤਾਂ 'ਚੋਂ ਸਭ ਤੋਂ ਜਿਹੜਾ ਪਿਆਰਾ ਤੁਸੀਂ ਮੰਨਦੇ ਹੋ ਵੀ ਯਾਰ ਆਹ ਗੀਤ ਵਾਕਈ ਮੇਰੀ ਕਲਮ ਨੇ ਇੱਕ ਉਹ ਚੀਜ਼ ਦਿੱਤੀ ਜਿਹੜੀ ਹੋਣੀ ਚਾਹੀਦੀ ਸੀ, ਕਿਸ ਗੀਤ ਨੂੰ ਮੰਨਦੇ ਹੋ? ਉਹ ਮੇਰੇ ਯਾਰਨਮੁੱਲੇ 2 ਫਿਲਮ ਦੇ ਵਿੱਚ ਸ਼ਫਕਤ ਅਮਾਨਤ ਅਲੀ ਜੀ ਦਾ ਗਾਣਾ ਸੀਗਾ, ਕਿਉਂਕਿ ਤਾਂ ਬੋਲੀਵੁੱਡ ਸਿੰਗਰ ਸੀਗੇ ਉਹ, ਮੈਂ ਉਹਨਾਂ ਨਾਲ ਕੰਮ ਕਰਨ ਦਾ ਮੈਨੂੰ ਚਾਅ ਸੀਗਾ, ਮੈਨੂੰ ਮਿਤਵਾ ਗਾਣਾ ਬਹੁਤ ਸੋਹਣਾ ਲੱਗਦਾ ਸੀ, ਕਹੇ ਦੁੜਕਣੇ ਤੁਮ ਸਿੱਖਿਆ, ਉਹਨਾਂ ਨਾਲ ਕੰਮ ਕਰਨ ਦਾ ਚਾਅ ਸੀਗਾ, ਅਤੇ ਉਹਨਾਂ ਨਾਲ ਮੈਂ ਦਿਲਾ ਗਾਣਾ ਕੀਤਾ ਸੀਗਾ ਯਾਰਨਮੁੱਲੇ 2 ਮੂਵੀ ਦੇ ਵਿੱਚ, ਅਤੇ ਉਹ ਮੇਰੀ ਲਾਈਫ ਦਾ ਬਹੁਤ ਬਾਕਮਾਲ ਗਾਣਾ ਹੈਗਾ, ਜਿਨ੍ਹਾਂ ਨੇ ਵੀ ਸੁਣਿਆ ਅਤੇ ਸਭ ਨੇ ਮੈਨੂੰ ਸਪੈਸ਼ਲੀ ਮੈਸੇਜ ਫੋਨ ਕਰਕੇ ਐਪਰੀਸ਼ੀਏਟ ਦਿੱਤਾ। ਉਹ ਭਾਅ ਜੀ ਆਪਾਂ ਦਰਸ਼ਕਾਂ ਦੇ ਨਾਲ ਵੀ ਥੋੜ੍ਹਾ ਸਾਂਝਾ ਕਰੀਏ। ਹਾਂਜੀ ਹਾਂਜੀ, ਉਹ ਇੱਦਾਂ ਸੀਗਾ, ਦਿਲਾ ਥੋੜ੍ਹਾ ਠਹਿਰ ਲੱਗਦੀ ਨਹੀਂ ਖੈਰ,
ਕਮਾਇਆ ਉਹਨਾਂ ਵੈਰ ਤੂੰ ਹੁਣੇ ਹੁਣੇ ਟੁੱਟ ਆਏ ਸੱਜਣਾ ਦੇ ਸ਼ਹਿਰ ਕਿਉਂ ਮੁੜੀ ਜਾਂਦੇ ਪੈਰ ਉੱਤੋਂ ਗਮਾਂ ਦੀ ਦੁਪਹਿਰ ਤੂੰ ਹੁਣੇ ਹੁਣੇ ਟੁੱਟ ਆਏ ਇੱਦਾਂ ਸੀਗਾ ਭਾਅ ਜੀ। ਅੱਛਾ ਭਾਅ ਜੀ, ਜਿਸ ਤਰ੍ਹਾਂ ਮੈਂ ਤੁਹਾਡਾ ਦੇਖ ਰਿਹਾ ਵੀ ਇਹ ਰੋਮਾਂਟਿਕ ਗੀਤ ਤੁਹਾਡੇ ਜਿਸ ਤਰ੍ਹਾਂ ਗੀਤ ਹੈ ਨਾ, ਅਤੇ ਨਾਲ ਦੀ ਨਾਲ ਤੁਸੀਂ ਸੈਡ ਸੌਂਗ ਦੇ ਵਿੱਚ ਵੀ ਇੱਕੋ ਜਿਹੜਾ ਤੁਹਾਡਾ ਬੈਲੈਂਸ ਬੜਾ ਰੱਖਦੇ ਹੋ ਤੁਸੀਂ, ਉੱਧਰ 51 ਕੇਸ ਵੇਖੀਏ ਤਾਂ ਹਰ ਇੱਕ ਜਗ੍ਹਾ ਤੁਹਾਡਾ ਬੈਲੈਂਸ ਬਰਾਬਰ ਬੈਠਦਾ, ਇਹਦੇ ਪਿੱਛੇ ਤੁਸੀਂ ਕਿੱਦਾਂ ਆਪਣੀ ਤਿਆਰੀ ਕਿਵੇਂ ਕਰਦੇ ਹੋ? ਭਾਅ ਜੀ ਇਹ ਬਹੁਤ ਜ਼ਰੂਰੀ ਹੈ ਬੈਲੈਂਸ ਬੈਲੈਂਸ ਕਰਨਾ ਹੈ ਨਾ, ਕਿਉਂਕਿ ਐਜ਼ ਏ ਗੀਤਕਾਰ ਕਿ ਅਸੀਂ ਇੱਕ ਸਿੰਗਰ ਨਾਲ ਨਹੀਂ ਕੰਮ ਕਰਦੇ, ਅਲੱਗ ਅਲੱਗ ਤਰ੍ਹਾਂ ਤੋਂ ਸਿੰਗਰ ਆਉਂਦੇ ਹੈ ਨਾ, ਕੋਈ ਕਹਿੰਦਾ ਨਹੀਂ ਵੀਰੇ ਮੈਨੂੰ ਰੋਮੈਂਟਿਕ ਗਾਣਾ ਚਾਹੀਦਾ ਹੈ ਨਾ, ਅਤੇ ਕੋਈ ਕਹਿੰਦਾ ਮੈਨੂੰ ਬੀਟ ਚਾਹੀਦਾ, ਕਿਸੇ ਨੂੰ ਕੋਈ ਗਿੱਧੇ ਭੰਗੜੇ ਦਾ ਚਾਹੀਦਾ, ਅਤੇ ਸਾਡੀ ਤਿਆਰੀ ਫੁੱਲ ਹੋਣੀ ਚਾਹੀਦੀ। ਮੈਂ ਇਹ ਚਾਹੁੰਦਾ ਹਾਂ ਨਾ ਕਿ ਜਦ ਸਾਡੇ ਕੋਲ ਮੇਰੇ ਕੋਲ ਮੇਰੀ ਕੋਸ਼ਿਸ਼ ਹੁੰਦੀ ਕਿ ਜਦ ਕੋਈ ਮੇਰੇ ਤੱਕ ਆਇਆ ਜਾਂ ਪਹੁੰਚ ਕੀਤੀ ਕਿਸੇ ਨੇ, ਅਤੇ ਉਹਦੇ 'ਚ ਉਹਦੇ ਨਾਲ ਮੈਂ ਕੰਮ ਕਰਾਂ, ਅਤੇ ਕੁਝ ਨਾ ਕੁਝ ਉਹਦੇ ਲਈ ਮੇਰੇ ਡਾਇਰੀ ਦੇ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ ਉਹਦੇ। ਜੀ ਜੀ ਬਿਲਕੁਲ। ਅੱਛਾ ਇੱਕ ਭਾਅ ਜੀ ਹੋਰ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ ਕਿ ਤੁਸੀਂ ਐਜ਼ ਏ ਵੀਡੀਓ ਡਾਇਰੈਕਟਰ ਵੀ ਹੁਣ ਆਪਣੇ ਆਪ ਨੂੰ ਅਜਮਾ ਰਹੇ ਹੋ। ਜੀ 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 ਭਾਅ ਜੀ, ਇਸ ਲਾਈਨ 'ਚ ਮੈਂ ਐਜ਼ ਏ ਵੀਡੀਓ ਡਾਇਰੈਕਟਰ ਹੀ ਪਹਿਲਾਂ ਆਇਆ ਸੀਗਾ, ਸੋ ਉਹ ਮੈਂ ਤੁਹਾਨੂੰ ਦੱਸਦਾ ਜੀ। ਸੋ ਕਿਤੇ ਨਾ ਕਿਤੇ ਗੀਤਕਾਰੀ ਦਾ ਵੀ ਮੈਨੂੰ ਸੀਗਾ ਹੈ ਨਾ, ਕਿਉਂਕਿ ਮਤਲਬ ਇਹ ਨਾਲੋਂ ਨਾਲ ਚੱਲ ਰਿਹਾ, ਇਹ ਨਾਲੋਂ ਨਾਲ ਮੈਂ ਚਲਾਈਆਂ ਸ਼ੁਰੂ 'ਚ ਹੈ ਨਾ। ਪਰ ਇਹ ਕੀ ਸੀਗਾ ਕਿ ਵੀਡੀਓ ਡਾਇਰੈਕਟਰ ਤਾਂ ਮੈਂ ਸਿੱਖੀ ਤਾਲੀਮ ਲਈ ਆ ਉਸ ਚੀਜ਼ ਦੀ ਹੈ ਨਾ, ਜਿਹੜੀ ਗੀਤਕਾਰੀ ਹੁੰਦੀ ਆ ਉਹਦੇ ਕੋਈ ਸਕੂਲ ਕਾਲਜ ਨਹੀਂ ਹੁੰਦੇ, ਉਹ ਤੁਹਾਨੂੰ ਗੋਡ ਗਿਫਟ ਹੁੰਦੀ ਹੈ ਨਾ, ਇਹ ਮੇਰੇ 'ਤੇ ਵੀ ਬਾਬਾ ਜੀ ਦੀ ਕਿਰਪਾ ਹੋਈ ਹੈ, ਮੇਰੇ 'ਤੇ ਰਹਿਮਤ ਹੋਈ ਆ ਹੈ ਨਾ। ਇਹ ਚੀਜ਼ਾਂ ਦੋਨੋਂ ਪੈਰਲਰ ਮੈਂ ਰੱਖੀਆਂ, ਪਰ ਹੁਣ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਨਾ, ਕਿਉਂਕਿ ਇਹ ਚੀਜ਼ ਮੇਰੇ ਬਲੱਡ ਦੇ ਵਿੱਚ ਆ ਗੀਤਕਾਰੀ ਹੈ ਨਾ, ਵੀ ਉਸ ਕਰਕੇ ਉਹ ਚੀਜ਼ ਬੈਲੈਂਸ ਨਹੀਂ ਹੋ ਰਹੀ ਸੀਗੀ। ਐਜ਼ ਏ ਵੀਡੀਓ ਡਾਇਰੈਕਟਰ ਮੈਂ ਜ਼ਿਆਦਾ ਦੌੜ ਭੱਜ ਕਰਦਾ ਸੀਗਾ, ਸੋ ਗੀਤਕਾਰੀ ਵੱਲ ਇੰਨਾ ਧਿਆਨ ਨਹੀਂ ਜਾ ਰਿਹਾ ਸੀਗਾ, ਅਤੇ ਹੁਣ ਮੈਂ ਥੋੜ੍ਹਾ ਜਿਹਾ ਬੈਲੈਂਸ ਨਹੀਂ ਕਹਿ ਸਕਦੇ ਕਿ ਵੀਡੀਓ ਡਾਇਰੈਕਸ਼ਨ ਥੋੜ੍ਹਾ ਜਿਹਾ ਮੈਂ ਹੁਣ ਘੱਟ ਕੀਤਾ, ਅਤੇ ਐਜ਼ ਏ ਗੀਤਕਾਰੀ ਮੈਂ ਧਿਆਨ ਦਿੱਤਾ, ਕਿਉਂਕਿ ਉਹ ਚੀਜ਼ ਮੇਰੇ ਅੰਦਰੋਂ ਨਿਕਲਦੀ ਹੈ। ਇਨ ਫਿਊਚਰ ਵੀ ਤੁਸੀਂ ਗੀਤਕਾਰੀ ਵੱਲ ਹੀ ਹੁਣ ਸੋਚ ਰਹੇ ਹੋ ਜ਼ਿਆਦਾ? ਜੀ ਜੀ ਜੀ, ਨਹੀਂ ਐਜ਼ ਏ ਵੀਡੀਓ ਡਾਇਰੈਕਟਰ ਵੀ ਮੇਰੇ ਜਿਹੜੇ ਆਪਣੇ ਪ੍ਰੋਜੈਕਟ ਹੈਗੇ ਆ ਹੈ ਨਾ, ਉਹ ਤਾਂ ਮੈਂ ਐਜ਼ ਏ ਸ਼ੂਟ ਵੀ ਕਰਦਾ ਪਿਆ, ਹੁਣ ਵੀ ਮੇਰੇ ਗਾਣੇ ਚੱਲਦੇ ਟੀਵੀ 'ਤੇ, ਸੋ ਐਜ਼ ਏ ਗੀਤਕਾਰ ਹੀ ਮੈਂ ਜ਼ਿਆਦਾ ਵਧੀਆ ਲੱਗਦਾ ਕਿ ਐਜ਼ ਏ ਗੀਤਕਾਰ ਸਥਾਪਿਤ ਹੋਵਾਂ। ਅੱਛਾ ਕਿੰਗ ਭਾਅ ਜੀ, ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਹੋਣਗੇ? ਆਉਣ ਵਾਲੇ ਸਮੇਂ 'ਚ ਬਿੱਟੂ ਵੀਰੇ ਮੇਰੇ ਸੁਰਜੀਤ ਖਾਨ ਵੀਰ ਨਾਲ ਮੇਰੇ ਸਿੰਗਲ ਟਰੈਕ ਹੈਗੇ ਆ, 3 ਰੇੜੀ 3 ਹੈਗੇ ਉਹਦੇ ਆ ਜਾਣੇ ਆ। ਸਾਰਥੀ ਕੇ ਵੀਰੇ ਨਾਲ ਮੇਰੇ 2 ਗਾਣੇ ਹੈਗੇ ਆ, ਅਤੇ ਦਿਲਜੋਤ ਨਾਲ ਮੇਰਾ 1 ਗਾਣਾ ਹੋਇਆ ਪਿਆ। 15-20 ਸਿੰਗਰ ਮੇਰੇ ਕੋਲ ਨਵੇਂ ਹੈਗੇ ਆ ਜਿਹੜੇ ਹੋਰ ਰਿਲੀਜ਼ ਹੋਣਗੇ, ਉੱਥੋਂ ਲੈ ਕੇ 2 ਫਿਲਮਾਂ ਹੈਗੀਆਂ, ਉਹਦੇ 'ਚ ਇੱਕ ਖੜਕੂਵਾਦ ਫਿਲਮ ਰਿਲੀਜ਼ ਹੋਏਗੀ, ਉਹਦੇ 'ਚ ਮੈਂ ਗਾਣੇ ਲਿਖੇ ਆ, ਸੋ 1 ਹੈਗੀ ਵੀਰ ਪੰਜਾਬ ਮੂਵੀ ਬੀਟ ਗਾਣੇ ਬਹੁਤ ਜ਼ਿਆਦਾ ਹੋ ਗਏ ਹੈ ਨਾ, ਪਹਿਲਾਂ ਕਿਹਾ ਵੀ ਤੁਸੀਂ ਹਰ ਥਾਂ ਫਿੱਟ ਬੰਦੇ ਆ ਰਹੇ। ਜੀ ਜੀ ਜੀ, ਮਾਂ ਭਾਜੀ ਤੁਸੀਂ ਥੋੜਾ ਜਿਹਾ ਚੇਂਜ ਕਰੋ ਹੈ ਨਾ, ਕਿਉਂਕਿ ਉਹ ਵੱਡੇ ਸਿੰਗਰ ਆ, ਮੈਨੂੰ ਕਾਫੀ ਉਹਨਾਂ ਦਾ ਉਹ ਮਿਲ ਜਾਣਾ। ਕਿੰਗ ਭਾਅ ਜੀ, ਜਿਸ ਤਰ੍ਹਾਂ ਆਪਾਂ ਜਿਸ ਕਿਸੇ ਵੀ ਖੇਤਰ ਦੇ ਵਿੱਚ ਆਈਏ ਤਾਂ ਆਪਾਂ ਨੂੰ ਇੱਕ ਸਪੋਰਟ ਸਹਾਰਾ ਬੜੀ ਜ਼ਰੂਰਤ ਹੁੰਦੀ ਹੈ, ਤੁਹਾਡੇ ਇਸ ਖੇਤਰ ਦੇ ਵਿੱਚ ਤੁਸੀਂ ਗੀਤਕਾਰੀ ਦੇ ਵਿੱਚੋਂ ਵੀਡੀਓ ਡਾਇਰੈਕਸ਼ਨ ਦੇ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਸਪੋਰਟ ਕਿਹਨਾਂ ਦੀ ਤੁਸੀਂ ਮੰਨਦੇ ਹੋ? ਜੀ ਸਭ ਤੋਂ ਜ਼ਿਆਦਾ ਸਪੋਰਟ ਤਾਂ ਤੁਸੀਂ ਕਿਹਾ ਤਾਂ ਬਾਬਾ ਜੀ ਦੀ ਆ, ਵਾਹਿਗੁਰੂ ਦੀ ਆ ਹੈ ਨਾ, ਅਤੇ ਉਸ ਤੋਂ ਬਾਅਦ ਕਿ ਇਨਸਾਨ ਇਕੱਲਾ ਕੁਝ ਨਹੀਂ ਹੁੰਦਾ ਹੈ ਨਾ, ਹੈ ਨਾ, ਕਿ ਇਕੱਲੀ ਉਂਗਲ ਦੀ ਪਾਵਰ ਨਹੀਂ ਹੁੰਦੀ, ਜਦ ਬੰਦ ਹੋ ਜਾਂਦੀ ਹੈ ਨਾ ਮੁੱਠੀ ਬਣ ਜਾਂਦੀ ਆ, ਸੋ ਇੱਦਾਂ ਕਰਕੇ ਮੇਰੇ ਨਾਲ ਵੀ ਮੇਰੀ ਟੀਮ ਹੈਗੀ, ਬਹੁਤ ਸਾਰੇ ਨਾਂ ਹੈਗੇ ਆ ਹੈ ਨਾ, ਸੋ ਉਹਨਾਂ 'ਚ ਸੁਰਜੀਤ ਖਾਨ ਵੀਰਾ ਹੈ ਨਾ ਮੈਨੂੰ ਬਹੁਤ ਸਪੋਰਟ ਕਰਦੇ ਆ, ਸੁਰਜੀਤ ਵੀਰਾ, ਅਤੇ ਪਿੰਦਰ ਸੰਧੂ ਕੈਨੇਡਾ ਤੋਂ ਮੇਰਾ ਦੋਸਤ ਹੈਗਾ ਹੈ ਨਾ, ਉਹ ਚੰਗੇ ਮਾੜੇ ਟਾਈਮ ਮੈਨੂੰ ਦੱਸਦਾ ਹੈ ਨਾ, ਮੈਂ ਉਹਦੀ ਵੀ ਸਲਾਹ ਲੈਂਦਾ, ਅਤੇ ਰਵੀ RBS ਹੈਗਾ, ਸ਼ਾਰਸ ਵੀਰਾ, ਦਵਿੰਦਰ, ਗੁਰਪ੍ਰੀਤ, ਹਰਮੀਤ, ਕਾਫੀ ਸਾਰੇ ਨਾਂ ਆ ਹੈ ਨਾ, ਹੁਣ ਮੈਂ ਲੈਣ ਜੇ ਲਵਾਂਗਾ ਤਾਂ ਬਹੁਤ ਟਾਈਮ ਲੱਗ ਜਾਣਾ ਹੈ ਨਾ ਉਹਦੇ 'ਚ ਹੈ ਨਾ, ਬਹੁਤ ਸਾਰੇ ਨਾਂ ਜੋ ਮੈਨੂੰ ਸਪੋਰਟ ਕਰਦੇ ਹੈ ਨਾ ਅੱਜ ਦੇ ਟਾਈਮ 'ਚ। ਕਿੰਗ ਭਾਅ ਜੀ, ਜਾਂਦੇ ਜਾਂਦੇ ਕੋਈ ਸੁਨੇਹਾ ਜਿਹੜਾ ਆਪਣੇ ਦਰਸ਼ਕਾਂ ਨੂੰ ਅਤੇ ਤੁਹਾਡੇ ਚਾਹੁਣ ਵਾਲਿਆਂ ਨੂੰ newsnumber.com ਦੇ ਜ਼ਰੀਏ ਕੀ ਕਹਿਣਾ ਚਾਹੋ? ਜੀ ਜੀ ਬਿੱਟੂ ਜੀ, ਮੈਂ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਆਪਾਂ ਸਾਰੇ ਦੇਖਦੇ ਹਾਂ ਨਾ, ਬਹੁਤ ਚੀਜ਼ਾਂ ਐਕਟਿਵ ਹੋ ਗਈਆਂ ਹੈ ਨਾ, ਕਿ ਜਾਤੀਵਾਦ ਦੇ ਉੱਤੇ ਬਹੁਤ ਲੜਾਈਆਂ ਹੋ ਰਹੀਆਂ ਹਨ, ਕਿ ਉਹਨੇ ਇਹਨੂੰ ਇਹ ਬੋਲਤਾ ਹੈ ਨਾ, ਕਿਤੇ ਸ਼ਹਿਰ 'ਚ 4 ਬੰਦੇ ਖੜ੍ਹ ਕੇ ਇੱਥੇ ਪੁਤਲੇ ਫੂਕ ਰਹੇ ਹਾਂ, ਉੱਥੇ ਫੂਕ ਰਹੇ ਹੈ ਨਾ। ਮੈਨੂੰ ਲੱਗਦਾ ਕਿ
पता नहीं हाले क्यों नहीं होया, हाले तक सानू निकल जाना चाहिए सी। किवें सदी का युग है कि जातिवाद तो निकल जाना चाहिए सी, आपां नहीं निकले चलो ये त्रासदी हैगी है ना, असी हाले भी जातां पातां दे विच फसे पए हैं ना, है ना। एक कोई आंसर कोई गलत मैसेज दे देना तुहानूं यूट्यूब ते या फेसबुक ते, है ना, तुसीं सारे उहदे मगर लग जांदे, पूरी कम्यूनिटी नूं तुसीं है ना गलत ही समझण लग जांदे कि नहीं ये जट है इहने तां ये गल कही है ना। मैं ये सारयां नूं बेनती करदा कि सारे पहोश हवाज तो कम लईए, अपना माहौल ना खराब करिए। पंजाब साडा सारयां दा आ, वो किसी जातिवाद के नाते नहीं हैगा, साडा सारयां दा पंजाब आ, असी इत्थे सारे हसी खुशी रहीए, है ना। जे आपां लड़ाई दंगे करांगे साडे आने वाले बच्चों लई असी की छड्ड के जाएंगे, है ना, आने वाले टाइम से। सो मेरी यही मैसेज है तुहाडे चैनल दे राहीं बिट्टू जी कि इन चीज़ों तो उपर उठ के असी काम करिए साडे समाज लई। सो भाजी तुसी newsnumber.com नूं अपना इन्ना कीमती समां दित्ता ते असी साडी पूरी टीम वल्लों तुहाडा तहे दिलों बहुत बहुत धन्नवाद कर। बिट्टू जी तुहाडा भी बहुत धन्नवाद, तुसी कीमती समय चों समां कढ के तुसी मेरे इंटरव्यू लई तुसी आए हो, है ना। तुहाडी पूरी टीम दा, newsnumber.com दी सारी टीम दा मैं धन्नवाद करना चाहुंदा आ, ते तुहानूं वधाई भी दिंदा कि तुहाडा चैनल परमात्मा करे होर तरक्कियां करे, दिन दुगनी रात चौगुनी तुसी तरक्कियां करो, परमात्मा तुहानूं होर बुलंदियां ते लैके जाए। सो थैंक यू भाजी, अगली बारी फिर तुसी इसे तरह लिखते रहो, साडी टीम तुहाडे तक फिर पहुंचे। ठीक है बेटू जी, सत श्री अकाल जी, सत श्री अकाल सारयां नूं।